हाँ जी प्रवीण जी, की मामला है नोट 500 ਦੇ 2000 ਦੇ ਜਿਹੜੇ ਵੇ ਭਾਂਡੇ ਵਾਲੇ ਬਾਜ਼ਾਰ ਚ ਕੀ ਤੁਸੀਂ ਇਸ ਮਹੱਲੇ ਚ ਸੀ ਕੀ ਦੇਖਿਆ ਸੀਸੀ ਕੈਮਰੇ ਚ ਕੀ ਦੇਖਿਆ ਤੁਸੀਂ ਦੇਖੋ ਜੀ ਕਿਸਦਾ ਲੜਕਾ ਆਇਆ ਜੀ ਉਹਦੇ ਮੂੰਹ ਤੇ ਕਵਰ ਬੰਨਿਆ ਸੀਗਾ ਉਹਨੇ ਆ ਕੇ ਨੋਟ ਛਟੇ ਆ ਦਨ ਉਹਨੇ ਮੂੰਹ ਬੈਕ ਟੂ ਬੈਕ ਕੀਤੀ ਹੈ ਬੈਕ ਮਾਰ ਕੇ ਫਿਰ ਵਾਪਸ ਚਲ ਗਿਆ ਜਦੋਂ ਅਸੀਂ ਦੇਖਿਆ ਚੈੱਕ ਕੀਤਾ ਵਿੱਚ ਕਿ 2000 ਨੋਟ ਸੀਗਾ ਤੇ 10 ਨੋਟ ਸੀ 500 ਦੇ ਠੀਕ ਹੈ ਜੀ ਉਹ ਚੋਂ ਦੋ ਨੋਟ ਚੱਕ ਕੇ ਦੇਖਿਆ ਬੰਦਾ ਇੱਕ ਹੈਗਾ ਨਾਲ ਸੇ ਸਬਜ਼ੀ ਮੰਡੀ ਕੋ ਬਾਇਆ ਬੇਟਾ ਹੈਗਾ ਵਾ ਉਹ ਚੱਕ ਲੈ ਗਿਆ 200 500 ਦੋ ਨੋਟ ਦੈਨ ਬਾਕੀ ਨੋਟ ਤੇ ਦੇਖ ਕੇ ਗਲਤੀ ਦੇਖੇ ਸਾਰੇ ਨੇ ਆਪ ਦੇਖੇ ਜੀ ਠੀਕ ਹੈ ਨਾ ਇਹ ਚੀਜ਼ ਹੈ ਜੀ ਇਹ ਵਾ ਕਿ ਕਿਸੇ ਨੇ ਦਹਿਸ਼ਤ ਦਾ ਮੋਲ ਪਾਇਆ ਕਰਿਆ ਕਿਸੇ ਸਾਡੇ ਵਿੱਚ ਕਿ ਹਾਂ ਵੀ ਕਿ ਅਸੀਂ ਮਾਹੌਲ ਨੂੰ ਅਫਸਰ ਕਰੀਏ ਜੋ ਵੀ ਹੈਗਾ ਦੇਖ ਲਓ ਕਿ ਸੀਸੀ ਕੈਮਰੇ ਕਿਸ ਤਰ੍ਹਾਂ ਦਾ ਵਿਅਕਤੀ ਸੀਗਾ ਜਿਹੜਾ ਮਤਲਬ ਸਿੱਟ ਚ ਗਿਆ ਦੇਖੋ ਜੀ ਉਹਨੇ ਮੂੰਹ ਤੇ ਕਪੜਾ ਬੰਨਿਆ ਸੀਗਾ ਇੰਡੀਕੇਟਰ ਇੱਕ ਹੈਡਲਾਈਟ ਉਹ ਇੰਡੀਕੇਟਰ ਜਗਾਇਆ ਸੀਗਾ ਉਹਨੇ ਟਰਨ ਹੋ ਕੇ ਉਹਨੂੰ ਨੋਟ ਛਿੱਟੇ ਆਇਆ ਮੁੜ ਕੇ ਦੇਖਿਆ ਪਿੱਛੇ ਮੁੜ ਕੇ ਕਿ ਹਾਂ ਨੋਟ ਡਿੱਗ ਪਏ ਆ ਸੁਧਾਰ ਸੀਗਾ ਜੀ ਉਹ ਦੈਨ ਉਹਨੇ ਮੁੜ ਕੇ ਬਾਅਦ ਉੱਥੋਂ ਸੁਭਾਅ ਚੋਂ ਟਰਨ ਕੀਤਾ ਵਾ ਉੱਥੇ ਨੋਟ ਛੱਡ ਕੇ ਫਿਰ ਦੇਖ ਕੇ ਵਾਪਸ ਘੁੰਮ ਕੇ ਇਹਦੇ ਟਰਨ ਕਰਕੇ ਵਾਪਸ ਆ ਕੀ ਲੱਗਦਾ ਜੀ ਕਪੂਰਥਲਾ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਿਲਕੁਲ ਜੀ ਦਹਿਸ਼ਤ ਦਾ ਮਾਹੌਲ ਪਾ ਰਿਹਾ ਬੰਦੇ ਦੇਖੋ ਬਾਕੀ ਇਹ ਵਾ ਕਿ ਪ੍ਰਸ਼ਾਸਨ ਸਾਡੇ ਨਾਲ ਹੈਗਾ ਅਜੇ ਪ੍ਰਸ਼ਾਸਨ ਨਾਲ ਹੈਗੇ ਆ ਬਾਕੀ ਜੋ ਪ੍ਰਸ਼ਾਸਨ ਚਾਹੇ ਕਰੇਗਾ ਜਿਸ ਨਾਲ ਚੱਲ ਕਰੇ ਇਧਰ ਅੰਸਰਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਜੋ ਉਚਿਤ ਬੰਦੀ ਆ ਮੈਂ ਕਹਿੰਦਾ ਕਾਨੂੰਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਜੋ ਹੈਗੀ ਆ ਜੀ ਇੱਕ ਮਿੰਟ ਹਾਂਜੀ ਡਿਫਟ ਸਾਹਿਬ ਜਿਹੜੇ ਅੱਜ 500 ਦੇ ਤੇ 2000 ਦੇ ਨੋਟ ਜਿਹੜੇ ਅੱਜ ਭਾਂਡਿਆਂ ਵਾਲੇ ਬਾਜ਼ਾਰ 'ਚ ਮਿਲੇ ਕੀ ਸਾਰਾ ਮਾਮਲਾ ਸੀ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਵੀ ਇੱਦਾਂ ਇਹ ਸੁਭਾਸ਼ ਮੰਦਰ ਦੇ ਲਾਗੇ 500 ਦੇ 2000 ਦੇ ਨੋਟ ਕੋਈ ਬੰਦਾ ਖਿਲਾਰ ਗਿਆ ਹੈਗਾ ਵੀ ਜਿਹੜੀ ਕਰੋਨਾ ਵਾਇਰਸ ਦੀ ਮਹਾਂਮਾਰੀ ਚੱਲ ਰਹੀ ਹੈਗੀ ਆ ਵੀ ਇਹ ਰੂਮਰਸ ਇਹ ਹੋ ਸਕਦਾ ਵੀ ਫੈਲਾਉਣ ਦੀ ਖਾਤਰ ਜਿਹੜਾ ਹੈਗਾ ਨੋਟ ਸਿੱਟ ਗਿਆ ਹੈਗਾ ਅਸੀਂ ਮੌਕੇ 'ਤੇ ਆਏ ਹਾਂ ਹੈਲਥ ਟੀਮ ਵੀ ਮੌਕੇ 'ਤੇ ਆਈ ਹੈਗੀ ਆ ਔਰ ਨੋਟ ਜਿਹੜੇ ਹੈਗੇ ਅਸੀਂ ਪ੍ਰਕੋਸ਼ਨ ਲੈ ਕੇ ਜਿਹੜੇ ਹੈਗੇ ਅਸੀਂ ਆਪਣੇ ਕਬਜ਼ੇ 'ਚ ਲੈ ਲਏ ਆ ਉਦੋਂ ਬਾਅਦ ਇਹਨੂੰ ਅਸੀਂ ਭੇਜਾਂਗੇ ਮੈਡੀਕਲ ਟੀਮ ਦੇ ਕੋਲ ਵੀ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਵਾਇਰਸ ਜਾਂ ਕੋਈ ਹੋਰ ਚੀਜ਼ ਤਾਂ ਨਹੀਂ ਹੈਗੀ ਔਰ ਇਹ ਅਨਨੋਨ ਪਰਸਨ ਦੇ ਖਿਲਾਫ ਜਿਹੜਾ ਹੈਗਾ ਅਸੀਂ ਜੋ ਧਾਰਾ 'ਤੇ ਹੈਗਾ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਠੀਕ ਹੈ ਇਨਵੈਸਟੀਗੇਸ਼ਨ ਦੇ ਵਿੱਚ ਜਿਵੇਂ ਬਾਜ਼ਾਰ ਹੈਗਾ ਕੈਮਰੇ ਲੱਗੇ ਹੈਗੇ ਆ ਕਿਹੜਾ ਬੰਦਾ ਸੁੱਟ ਕੇ ਗਿਆ ਕਿਹੜਾ ਨਹੀਂ ਗਿਆ ਹੈਗਾ ਉਸ ਸੰਬੰਧੀ ਅਸੀਂ ਕੈਮਰੇ ਸਿਰੇ ਚੈੱਕ ਕਰਾਂਗੇ ਚੈੱਕ ਕਰਕੇ ਉਹਦੇ ਵਿੱਚ ਜਿਹੜਾ ਬੰਦਾ ਵੀ ਸਾਹਮਣੇ ਆਊਗਾ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕਰਨਾ ਹਲੇ ਤੱਕ ਜਿਹੜੇ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਕੁਝ ਨਜ਼ਰ ਆਇਆ ਕੌਣ ਬੰਦਾ ਸੀਗਾ ਜਾਂ ਕੋਈ ਅਜੇ ਕੋਈ ਕੈਮਰਾ ਨਹੀਂ ਚੈੱਕ ਕੀਤਾ ਅਸੀਂ ਸਾਨੂੰ ਦੱਸਿਆ ਹੈਗਾ ਵੀ ਕੈਮਰੇ ਵਿੱਚ ਫੋਟੋ ਆਉਂਦੀ ਆ ਸਵੇਰੇ ਅਸੀਂ ਚੈੱਕ ਕਰਾਂਗੇ ਦੁਕਾਨਾਂ ਬੰਦ ਹੋਣਗੀਆਂ ਰਾਤ ਦਾ ਟਾਈਮ ਹੈ ਸਵੇਰੇ ਅਸੀਂ ਜਾ ਕੇ ਥੋਰਲੀ ਜਿਹੜਾ ਹੈਗਾ ਚੈੱਕ ਕਰਾਂਗੇ ਵੀ ਕੌਣ ਬੰਦਾ ਛਿੜ ਕੇ ਗਿਆ ਜੋ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਦੱਸਿਆ ਉਹਨਾਂ ਦੱਸਿਆ ਕਿ ਕਿੰਨੇ ਬੰਦੇ ਸੀਗੇ ਮੌਕੇ ਤੇ ਮੌਜੂਦ ਸੀ ਕਿ ਉਹਨਾਂ ਨੇ ਦੱਸਿਆ ਹੈਗਾ ਵੀ ਕੋਈ ਸਕੂਟਰੀ ਵਾਲਾ ਬੰਦਾ ਆਇਆ ਹੈਗਾ ਉਹ ਕੈਮਰਾ ਤੋਂ ਸਵੇਰੇ ਸਪਸ਼ਟ ਹੋ ਜੂਗਾ ਵੀ ਕਿਹੜਾ ਬੰਦਾ ਹੈਗਾ ਸਰਦਾਰ ਵਿਅਕਤੀ ਲੱਗਦਾ ਜੀ ਸਰਦਾਰ ਦੇਖੋ ਜੀ ਅਸੀਂ ਕੁਝ ਨਹੀਂ ਦੇਖਿਆ ਹੈਗਾ ਅਜੇ ਜੋ ਸਾਡੇ ਕੈਮਰੇ ਦੇਖ ਕੇ ਸਵੇਰੇ ਅਸੀਂ ਇਸ ਚੀਜ਼ ਨੂੰ ਅਸੀਂ ਸਪਸ਼ਟ ਕਰ ਸਕਦੇ ਹਾਂ ਵੀ ਕਿਹੜਾ ਬੰਦਾ ਸਿੱਟ ਕੇ ਗਿਆ ਕਿਹੜਾ ਨਹੀਂ ਗਿਆ ਟੋਟਲ ਕਿੰਨੀ ਅਮਾਉਂਟ ਕਿੰਨੇ ਨੋਟ ਹੈ 6000 ਰੁਪਇਆ ਹੈਗਾ ਜੀ ਕਿੰਨੇ ਗਿਣਤੀ ਇੱਕ 2000 ਦਾ ਨੋਟ ਹੈਗਾ 8 ਨੋਟ ਹੈਗੇ 500 ਦੇ ਉਹ ਅਸੀਂ ਕਲੈਕਟ ਕਰ ਲਏ ਇਹ ਚ ਸਰ ਕੋਈ ਪੈਸੇ ਆਦਮੀ ਚੱਕ ਕੇ ਵੀ ਲੈ ਜੇ ਜਾ ਜਾਂਦੇ ਉਹ ਇਹ ਕਹਿ ਰਿਹਾ ਇੱਥੇ ਜਿਹੜੇ ਹੁਣ ਮੌਕੇ ਤੇ ਪਬਲਿਕ ਸੀਗੀ ਉਹ ਘਰੇ ਕੋਈ ਚੱਕ ਕੇ ਲਗਿਆ ਹੈਗਾ ਉਹ ਕੈਮਰੇ ਹੈਗੇ ਆ ਕੈਮਰੇ ਤੁਸੀਂ ਚੈੱਕ ਕਰਾਂਗੇ ਕਿਹੜਾ ਬੰਦਾ ਚੱਕ ਕੇ ਲਗਿਆ ਹੈਗਾ Subscribe to our YouTube channel News DNN by clicking the bell icon. Don't forget to like, comment and share.